ਸਕੂਲ ਦੇ ਟਰਸਟੀ ਤੇ ਹਮਲਾਵਰ ਮਾਰ ਗਏ ਗੋਲੀਆਂ। ਚਲਦੀ ਗੱਡੀ ਤੇ ਹਮਲਾਵਰਾਂ ਨੇ ਕੀਤਾ ਹਮਲਾ। ਇੱਕ ਪ੍ਰਾਈਵੇਟ ਸਕੂਲ ਦੇ ਟਰਸਟੀ ਜੋ ਕਿ ਆਪਣੀ ਕਾਰ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਉਹਨਾਂ ਦਾ ਪਿੱਛਾ ਇੱਕ i20 ਕਾਰ ਕਰ ਰਹੀ ਸੀ। ਹਮਲਾਵਰਾਂ ਨੇ ਗੱਡੀ ਦੇ ਬਰਾਬਰ ਆਪਣੀ ਗੱਡੀ ਲਗਾ ਕੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ ਇੱਕ ਗੋਲੀ ਟਰਸਟੀ ਦੇ ਗਰਦਨ ਤੇ ਲੱਗਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ, ਜਿੱਥੇ ਹਮਲਾਵਰਾਂ ਨੇ ਇੱਕ ਸਕੂਲ ਦੇ ਟਰਸਟੀ ਜੋ ਕਿ ਨਾਮਧਾਰੀ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਦੀ ਕਾਰ ਦਾ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਪਿੱਛਾ ਕੀਤਾ ਗਿਆ ਤੇ ਫਿਰ ਉਹਨਾਂ ਦੀ ਗੱਡੀ ਦੇ ਬਰਾਬਰ ਆਪਣੀ ਗੱਡੀ ਲਗਾ ਕੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਤਾਂ ਦੱਸ ਦਈਏ ਕਿ ਇਸ ਹਮਲੇ ਦੇ ਸਮੇਂ ਟਰਸਟੀ ਬਲਦੇਵ ਸਿੰਘ ਆਪਣੇ ਫੋਨ ਤੇ ਗੱਲ ਕਰ ਰਹੇ ਸੀ ਤਾਂ ਗੋਲੀ ਸਿੱਧਾ ਪਹਿਲਾਂ ਤਾਂ ਉਹਨਾਂ ਦੇ ਫੋਨ ਤੇ ਆ ਕੇ ਵੱਜਦੀ ਹੈ ਤੇ ਫਿਰ ਉਹਨਾਂ ਦੀ ਗਰਦਨ ਤੇ ਜਾ ਲੱਗਦੀ ਹੈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਾਂ ਗੋਲੀਆਂ ਚਲਾ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਦਕਿ ਜ਼ਖਮੀ ਹਾਲਤ ਦੇ ਵਿੱਚ ਬਲਦੇਵ ਸਿੰਘ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ, ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਇਸ ਸੰਬੰਧੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਗੱਡੀ ਤੇ ਸਵਾਰ ਹੋ ਕੇ ਆਏ ਸੀ ਹਮਲਾਵਰ, ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ। ਤਾਂ ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਵਾਲ ਵਾਲ ਉਹਨਾਂ ਦੀ ਜਾਨ ਬਚਦੀ ਹੈ। ਤਾਂ ਗੋਲੀ ਦੱਸ ਦਈਏ ਕਿ ਪਹਿਲਾਂ ਫੋਨ ਤੇ ਵੱਜਦੀ ਹੈ, ਜਿਸ ਤੋਂ ਬਾਅਦ ਉਹਨਾਂ ਦੀ ਗਰਦਨ ਦੇ ਵਿੱਚ ਜਾ ਲੱਗਦੀ ਹੈ, ਜਿਸ ਕਰਕੇ ਉਹਨਾਂ ਦੇ ਕਾਫੀ ਖੂਨ ਨਿਕਲਦਾ ਹੈ ਤੇ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਦੇ ਵੱਲੋਂ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਕੋਈ ਥੋੜੀ ਜਿੱਦ ਮੈਂ ਕਿਸੇ ਨਾਲ? ਠੀਕ, ਮੈਂ ਡਾਕਟਰ ਸੰਚਾਰੀ ਸਾਹਾ। ਮੈਨੂੰ ਇੱਕ ਮਾਮਲਾ ਆਇਆ ਗਮ ਚੌਰ ਦਾ, ਕੀ ਮਾਮਲਾ ਪੁੱਛਦਾ? ਹਾਂਜੀ, ਪੇਸ਼ੈਂਟ ਨੇਮ ਇਜ਼ ਬਲਦੇਵ ਸਿੰਘ, 51 ਇਅਰਸ ਮੇਲ ਹੈ, ਰੈਸੀਡੈਂਟ ਹੈ ਚੰਡੀਗੜ੍ਹ ਮੈਂ। ਤੋ ਹਮਾਰੇ ਪਾਸ ਪਹਿਲੇ ਹਿਸਟਰੀ ਆਫ ਗਨ ਚੌਰ ਇੰਜਰੀ ਕਰਕੇ ਹੀ ਆਏ, ਅਭੀ ਇੱਕ ਬੀਚ ਸੇ ਉਨਕਾ ਟਾਈਮ ਆਫ ਇੰਸੀਡੈਂਟ ਹੈ, ਗੜੀ ਕੇ ਪੁਲ ਕੇ ਪਾਸ। ਕੋਈ ਰਨਿੰਗ ਸਪੀਡਿੰਗ ਕਾਰ ਆ ਕੇ ਉਨਕੋ ਸ਼ਾਟ ਸ਼ੂਟ ਕੀਆ, ਨੈਕ ਪੇ ਲਗੀ ਹੈ। ਪੇਸ਼ੈਂਟ ਜਬ ਹਮਾਰੇ ਪਾਸ ਆਏ ਥੇ ਤੋ ਕੌਨਸ਼ੀਅਸ ਵੈਲ ਓਰੀਐਂਟਡ ਹੀ ਥੇ, हमने फर्स्ट एड ट्रीटमेंट दे दिया है और बाकी एक्सरे वगैरह क्लीन है अभी। वी हैव रेफर्ड हिम 32 जीएम से 34 ऑन पेशेंट रिक्वेस्ट, पार्टी रिक्वेस्ट। बुलेट एक लगी? हाँ जी, एक ही बुलेट लगी। ਸਾਡੇ ਕੋਲ 1:30 ਦੇ ਕਰੀਬ ਇੱਕ ਇਤਲਾਹ ਆਈ ਸੀਗੀ ਕਿ ਸਮਰਾਲਾ ਮਾਛੀਵਾੜਾ ਰੋਡ 'ਤੇ ਗੜੀ ਪੁਲ ਕੋਲੇ ਇੱਕ ਫਾਇਰਿੰਗ ਇੰਸੀਡੈਂਟ ਹੋਇਆ। ਤੁਰੰਤ ਮੌਕੇ ਦੀ ਜਿਹੜੀ ਇਨਫੋਰਮੇਸ਼ਨ ਮਿਲਣ 'ਤੇ ਮੌਕੇ 'ਤੇ ਸਾਡੇ DSP ਸਮਰਾਲਾ, SHO ਮਾਛੀਵਾੜਾ ਸਾਹਿਬ, ਸਾਡੀ CIE ਦੀ ਟੀਮ, DSPD ਅਤੇ ਮੈਂ ਇੱਥੇ ਅਸੀਂ ਮੌਕੇ 'ਤੇ ਪਹੁੰਚੇ। ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇਵ ਸਿੰਘ ਜੀ ਦੇ, ਉਹਨਾਂ ਦੇ ਗੋਲੀ ਟੱਚ ਹੋਈ ਹੈ ਅਤੇ ਥੋੜ੍ਹੀ ਇੰਜਰੀ ਹੋਈ ਹੈ ਉਹਨਾਂ ਨੂੰ। ਇੱਥੇ ਸਮਰਾਲਾ ਸਿਵਲ ਹੋਸਪਿਟਲ ਤੋਂ ਮੁੱਢਲੀ ਸਹਾਇਤਾ ਤੋਂ ਬਾਅਦ ਸੈਕਟਰ 32 ਜਿਹੜਾ ਹੋਸਪਿਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਉਹਨਾਂ ਦੀ ਜਿਹੜੀ ਸਿਹਤ ਬਿਲਕੁਲ ਠੀਕ ਹੈ ਅਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਨਾਲ ਇਹਦੀ ਤਫਤੀਸ਼ ਕਰਾਂਗੇ, ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊ। ਕਿੰਨੀਆਂ ਗੋਲੀਆਂ ਚੱਲੀਆਂ ਸਰ? ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ, ਕੋਈ ਬੁਲੇਟ ਫਾਇਰ ਹੋਈ ਹੈ, ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ, ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਊਗਾ। ਨਹੀਂ, ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ, ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ, ਅਸੀਂ ਸਾਰੀ ਡੂੰਘਾਈ ਨਾਲ ਤਫਤੀਸ਼ ਕਰਾਂਗੇ। ਉਸ ਤੋਂ ਬਾਅਦ ਇਹ ਇੱਕ ਇੱਥੇ ਇਸ ਏਰੀਆ ਦੇ ਸਕੂਲ ਚਲਾਉਂਦੇ ਨੇ ਜੀ, ਅਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਿਆ। ਕਿੰਨੇ ਕੁ ਜਣੇ ਸੀ, ਕਿਹੜੀ ਚੀਜ਼ 'ਤੇ ਸੀ ਜਿਹਨਾਂ ਨੇ ਗੋਲੀਆਂ ਚਲਾਈਆਂ? ਇਹ ਅਸੀਂ ਚੈੱਕ ਕਰ ਰਹੇ ਹਾਂ ਜੀ, ਜਿਵੇਂ ਕਿ ਸਾਨੂੰ ਪਤਾ ਲੱਗਿਆ ਸੀ, ਇਹ ਸਾਰਾ ਚੈੱਕ ਕਰਕੇ ਜਿਵੇਂ ਵੀ ਕੋਈ ਗੱਲ ਸਾਹਮਣੇ ਆਈ ਤੁਹਾਨੂੰ ਦੱਸਿਆ ਜੀ।